ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਕਵੀ ਦਰਬਾਰ ਸ਼ੋਅ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਹਾਂ। ਸਾਡੇ ਨਾਲ ਬਹੁਤ ਹੀ ਫੇਮਸ ਜਿਹੜੇ ਹੈਗੇ ਆ, ਵੱਖ ਵੱਖ ਜਗ੍ਹਾ ਤੋਂ, ਪੰਜਾਬ ਤੋਂ, ਕੈਨੇਡਾ ਤੋਂ ਜੁੜੇ ਆ, ਤੇ ਅੱਜ ਉਹਨਾਂ ਤੋਂ ਸੁਣਦੇ ਹਾਂ ਕਿ ਉਹ ਤੁਹਾਡੇ ਲਈ ਕੀ ਲੈ ਕੇ ਆਏ ਆ, ਤੇ ਉਹਨਾਂ ਦਾ ਆਪਣੇ ਸਿੱਖ ਚੈਨਲ ਦੇ ਵਿਹੜੇ ਦੇ ਵਿੱਚ ਰੰਗ ਪੰਜਾਬ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਕਰਵਾਉਂਦੇ ਹਾਂ ਮੁਲਾਕਾਤ ਤੁਹਾਨੂੰ ਕੁਲਵੰਤ ਸਿੰਘ ਜੀ, ਜਿਹੜੇ ਕਿ ਹਰਿਆਣੇ ਤੋਂ ਨੇ, ਤੇ ਜਿਹੜੇ ਕਿ ਲਿਖਦੇ ਨੇ ਕਵਿਤਾਵਾਂ, ਗਜ਼ਲਾਂ, ਉਹਨਾਂ ਦੀਆਂ ਕਿਤਾਬਾਂ ਵੀ ਛਪੀਆਂ ਨੇ ਬਹੁਤ ਦੇਰ ਤੋਂ, ਜਿਹੜੇ ਕਿ ਆਪਣੇ ਕਵੀ ਦਰਬਾਰ ਹੁੰਦੇ ਆ ਆਲ ਓਵਰ ਦਾ ਵਰਲਡ, ਉਹਨਾਂ ਦੇ ਵਿੱਚ ਉਹ ਹਿੱਸਾ ਲੈਂਦੇ ਆ, ਤੇ ਉਹ ਬਹੁਤ ਵਧੀਆ ਸੁਲਝੋ ਇਨਸਾਨ ਆ, ਸਾਡੇ ਨਾਲ ਕਾਫੀ ਦੇਰ ਤੋਂ ਸਾਡੇ ਸਿੱਖ ਚੈਨਲ ਦੇ ਨਾਲ ਜੁੜੇ ਆ, ਉਹਨਾਂ ਦਾ ਸਵਾਗਤ ਕਰਦੇ ਹਾਂ ਇੱਕ ਵਾਰੀ ਫਿਰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਹਾਂਜੀ, ਨਾਲ ਦੂਸਰੇ ਜਿਹੜੇ ਹੈਗੇ ਨੇ ਗੁਰਜੰਤ ਸਿੰਘ ਜੋਗੀ ਜੀ, ਉਹ ਵੀ ਸਾਡੇ ਬਹੁਤ ਜਿਹੜੇ ਕਵੀ ਹੈਗੇ ਆ, ਸਾਰੇ ਕਵੀ ਦਰਬਾਰਾਂ ਦੇ ਵਿੱਚ ਹਿੱਸਾ ਲੈਂਦੇ ਆ, ਔਰ ਰਚਨਾਵਾਂ ਲਿਖੀਆਂ ਨੇ, ਗਜ਼ਲਾਂ ਲਿਖੀਆਂ ਨੇ, ਕਵਿਤਾਵਾਂ ਲਿਖੀਆਂ ਨੇ, ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ ਦਾ ਵੀ ਅਸੀਂ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਾਡੇ ਨਾਲ ਕੁਲਵੰਤ ਕੌਰ ਚੰਨ ਜੀ ਤੋਂ ਜੁੜੇ ਨੇ, ਉਹ ਜਾਣੀ ਮਾਨੀ ਸ਼ਖਸੀਅਤ, ਉਹਨਾਂ ਨੂੰ ਤਾਂ ਬਹੁਤਾ ਜਿਹੜੇ ਉਹਨਾਂ ਦੀ ਅਨੇਕਾਂ ਜਿਹੜੇ ਅਵਾਰਡ ਆਲ ਓਵਰ ਦਾ ਜਿਹੜੇ ਮਿਲੇ ਹੈਗੇ ਆ, ਸੰਗਮ ਪਰਸਨ ਸਰੀਲੀ ਵਾਰ ਦੀ ਮਲਕਾ, ਆਪਣੇ ਬਹੁਮੁਖ ਸ਼ਖਸੀਅਤ ਸਦਕਾ ਤੇ ਸੱਭਿਆਚਾਰਕ ਜਗਤ ਵਿੱਚ ਆਪਣੀ ਨਵੇਂ ਪਛਾਣ ਉਹਨਾਂ ਨੇ ਬਣਾਈ ਹੈ। ਉਹਨਾਂ ਨੂੰ PIFF ਨਾਲ ਵੀ ਸਨਮਾਨ ਕੀਤਾ ਗਿਆ ਤੇ ਹੋਰ ਬਹੁਤ ਸਾਰੇ ਅਵਾਰਡ ਮਿਲੇ ਹਨ। ਉਹ ਲਿਖਦੇ ਵੀ ਹਨ, ਗਾਉਂਦੇ ਵੀ ਹਨ, ਸੋਸ਼ਲ ਹਨ, ਤੇ ਹੋਰ ਬਹੁਤ ਜ਼ਿਆਦਾ ਉਹਨਾਂ ਕੋਲ ਜਿਹੜੇ ਕਾਬਲੀਅਤ ਹਨ, ਉਹ ਤਾਂ ਕਾਫੀ ਟਾਈਮ ਸਾਨੂੰ ਲੱਗ ਜਾਣ ਨਾਲ ਦੱਸਦੇ ਰਹਾਂਗੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਸ਼ਾਇਦ ਆ ਰਹੇ ਆ ਜਲਦੀ, ਤੇ ਫਿਰ ਸਾਡੇ ਨਾਲ ਜੁੜੂਗੇ। ਤੇ ਹੁਣ ਅਸੀਂ ਜਿਹੜੇ ਸਾਡੇ ਨਾਲ ਹੁਣ ਹੈਗੇ ਆ ਸਾਡੇ ਸਟੂਡੀਓ ਦੇ ਵਿੱਚ, ਉਹਨਾਂ ਦੇ ਤੋਂ ਸੁਣਦੇ ਹਾਂ ਕਿ ਕੀ ਸਾਡੇ ਦਰਸ਼ਕਾਂ ਲਈ ਸਾਡੇ ਅੱਜ ਕਿੰਨੇ ਸ਼ਾਇਰ ਟੋਟਲ ਨੇ ਬੈਂਚ? ਹਾਂਜੀ, ਅੱਜ ਕਿੰਨੇ ਸ਼ਾਇਰ ਟੋਟਲ ਨੇ ਜੀ? ਅੱਜ ਅੱਜ ਦੋ ਹੈਗੇ ਆ ਤੇ ਤਿੰਨ ਜਿਹੜੇ ਆ ਰਹੇ ਆ ਸਾਡੇ ਨਾਲ ਜੁੜੂਗੇ। ਅਸੀਂ ਤੁਹਾਡੇ ਤੋਂ ਸੂਚਨਾਵਾਂ ਜਿਹੜੀਆਂ ਲੈ ਕੇ ਆਏ ਆ ਉਹ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਜੀ। ਤੇ ਚੰਨ ਚੰਨ ਭੈਣ ਜੀ ਦੀ ਆਵਾਜ਼ ਹੋ ਗਿਆ ਠੀਕ ਨੀ ਉਹਨਾਂ ਦਾ ਕੈਮਰਾ? ਹਾਂਜੀ ਹਾਂਜੀ, ਅਗਰ ਚੰਨ ਭੈਣ ਜੀ ਦਾ ਕੈਮਰਾ ਠੀਕ, ਤੁਸੀਂ ਸ਼ੁਰੂ ਕਰੋ ਦੀ ਚੰਨ ਭੈਣ ਜੀ। ਅੱਛਾ, ਮੈਂ ਸ਼ੁਰੂ ਕਰ ਦੇਣਾ, ਕੋਈ ਗੱਲ ਮੈਂ ਸ਼ੁਰੂ ਕਰ ਰਿਹਾ ਜੀ।
ਹਾਂ ਜੀ ਮੈਂ ਸੁਜਾਨ ਸਿੰਘ ਜੀਨੇ ਸਿਆਂ ਜੀ। ਜਦੋਂ ਵੀ ਹੈ ਬੁਲਾਈ ਫਤਿਹ, ਜੀਨੇ ਜਦੋਂ ਵੀ ਹੈ ਬੁਲਾਈ ਫਤਿਹ, ਉਹਨੂੰ ਮਿਲੀ ਹੈ ਦੂਣ ਸਵਾਈ ਫਤਿਹ। ਜੀਨੇ ਜਦੋਂ ਵੀ ਹੈ ਬੁਲਾਈ ਫਤਿਹ, ਉਹਨੂੰ ਮਿਲੀ ਹੈ ਦੂਣ ਸਵਾਈ ਫਤਿਹ। ਇਹ ਤਾਂ ਦਾਤ ਅਮੋਲਕ ਦਸਮੇਸ਼ ਦੀ ਹੈ, ਫਿਰ ਕਿਉਂ ਅਸੀਂ ਰਫੀਕ ਭੁਲਾਈ ਫਤਿਹ, ਫਿਰ ਕਿਉਂ ਅਸੀਂ ਰਫੀਕ ਭੁਲਾਈ ਫਤਿਹ। ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਫਤਿਹ ਦਾ ਜਵਾਬ ਫਤਿਹ ਦੇਵਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਅੰਤਾਂ ਨੂੰ ਖੂਬਸੂਰਤ ਮਹਿਫਿਲ ਸਜਾਉਣ ਲਈ ਜ਼ਿੰਮੇਵਾਰ ਸਾਡੀ ਭੈਣ ਪਰਵਿੰਦਰ ਕੌਰ ਸਰੋਹਾ ਜੀ, ਸਤਿਕਾਰਯੋਗ ਭੈਣ ਕੁਲਵੰਤ ਕੌਰ ਚੰਦ ਜੀ, ਆਪਣੀ ਮਿਸਾਲ ਆਪ, ਹਰਿਆਣੇ ਦੇ ਸਭ ਤੋਂ ਵੱਡੇ ਗਜ਼ਲਗੋ ਗੁਰਚਰਨ ਸਿੰਘ ਜੋਗੀ ਜੀ, ਇੱਕ ਹੋਰ ਵੀਰ ਜੀ ਜਿਨ੍ਹਾਂ ਦਾ ਨਾਮ ਦਾਸ ਨੂੰ ਅਜੇ ਤੱਕ ਪਤਾ ਨਹੀਂ ਲੱਗਾ, ਦੱਸਣ ਦੀ ਕਿਰਪਾਲਤਾ ਕਰਨਾ ਜੀ। ਸੁਜਾਨ ਸਿੰਘ ਸੁਜਾਨ ਸਿੰਘ ਸੁਜਾਨ ਜੀ, ਵਾਹ ਜੀ, ਆਪ ਦਾ ਬਹੁਤ ਵੱਡਾ ਨਾਮ ਹੈ। ਆਪ ਸਭ ਨੂੰ ਸਾਡੀ ਭੈਣ ਕੁਲਵੰਤ ਕੌਰ ਚੰਦ ਜੀ ਦਾ ਹੁਣ ਮੇਰੇ ਖਿਆਲ ਰਾਬਤਾ ਕਾਇਮ ਹੋ ਗਿਆ ਸਾਡੇ ਨਾਲ, ਵਾਹਿਗੁਰੂ ਕਿਰਪਾ ਕਰਨ। ਆਓ ਇੱਕ ਗਜ਼ਲ ਆਪ ਜੀ ਨਾਲ ਸਾਂਝੀ ਕਰਨ ਦਾ ਮਾਣ ਹਾਸਲ ਕਰ ਰਿਹਾ ਹਾਂ। ਇਰਸ਼ਾਦ ਵਾਜੀ ਵਾ। ਹਾਂਜੀ, ਜਦ ਤੋਂ ਮੋਹ ਵਿਹੂਣੇ ਚੱਖੜ ਛੁੱਲੇ ਨੇ, ਵਾਹ, ਜਦ ਤੋਂ ਮੋਹ ਵਿਹੂਣੇ ਚੱਖੜ ਛੁੱਲੇ ਨੇ, ਹਰ ਇੱਕ ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਜਦ ਤੋਂ ਮੋਹ ਵਿਹੂਣੇ ਚੱਖੜ ਚੁੱਲੇ ਨੇ, ਹਰ ਇੱਕ ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਜਦ ਤੋਂ ਮੋਹ ਵਿਹੂਣੇ ਚੱਖੜ। ਸ਼ੇਰ ਦੇਖਣਾ ਜੀ, ਵਾਹ ਜੀ ਵਾਹ, ਬਹੁਤ ਖੂਬ। ਉਸਨੇ ਮੈਨੂੰ ਉਸ ਤਰ੍ਹਾਂ ਹੀ ਸਮਝ ਲਿਆ, ਵਾਹ, ਉਸਨੇ ਮੈਨੂੰ ਉਸ ਤਰ੍ਹਾਂ ਹੀ ਸਮਝ ਲਿਆ, ਸਮਝ ਲਿਆ ਜਿਸ ਤਰ੍ਹਾਂ ਦੇ ਮੇਰੇ, ਜਿਸ ਤਰ੍ਹਾਂ ਦੇ ਮੇਰੇ ਤਨ ਤੇ ਜੁੱਲੇ ਨੇ, ਹਰ ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਚੱਖੜ ਚੁੱਲੇ ਨੇ, ਹਰ ਇੱਕ ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਜਦ ਤੋਂ ਮੋਹ ਵਿਹੂਣੇ। ਸ਼ੇਰ ਦੇਖਣੇ ਸੁਜਾਨ ਜੀ, ਖਾਸ ਤੌਰ ਤੇ ਤੁਹਾਡਾ ਉਦੋਂ ਚਾਹਾਂਗਾ, ਪ੍ਰਸ਼ਾਦ, ਉਦੋਂ ਤੱਕ ਰੱਬ ਸਾਡੇ ਘਰ ਨਹੀਂ ਆ ਸਕਦਾ, ਉਦੋਂ ਤੱਕ ਰੱਬ ਸਾਡੇ ਘਰ ਨਹੀਂ ਆ ਸਕਦਾ, ਨਹੀਂ ਆ ਸਕਦਾ, ਵਾਹ 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 ਵਾਹ, ਜਦ ਤੱਕ ਸਾਡੇ ਘਰ ਪਾਪਾਂ ਲਈ ਖੁੱਲੇ ਨੇ, ਪਾਪਾਂ ਲਈ ਖੁੱਲੇ ਨੇ, ਹਰ ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਜਦ ਤੋਂ ਮੋਹ ਵਿਹੂਣੇ।
ਜਾਵਣ ਗੇ ਸਾਰੇ ਹੀ ਬੇਨਾਮ ਇੱਕ ਦਿਨ, ਉਹ ਜਾਵਣ ਗੇ ਸਾਰੇ ਹੀ ਬੇਨਾਮ ਇੱਕ ਦਿਨ, ਬੇਨਾਮ ਇੱਕ ਦਿਨ, ਜਿਹੜੇ ਜਿਹੜੇ ਨਾਮ ਤੇਰੇ ਨੂੰ ਭੁੱਲੇ ਨੇ, ਜਿਹੜੇ ਜਿਹੜੇ ਨਾਮ ਤੇਰੇ ਨੂੰ ਭੁੱਲੇ ਨੇ, ਹਰ ਇੱਕ ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਜਦ ਤੋਂ ਮੋਵੇ ਹੁਣੇ ਉਂਝ ਪਾਵੇ ਚਿੱਟ ਸੱਚ ਦੀ ਹੋਣੀ ਲਾਜ਼ਿਮ ਹੈ, ਉਂਝ ਪਾਵੇ ਚਿੱਟ ਸੱਚ ਦੀ ਹੋਣੀ ਲਾਜ਼ਿਮ ਹੈ, ਲਾਜ਼ਿਮ ਹੈ, ਪਰ ਸੱਚ ਨੂੰ ਸੱਚ ਆਖਣ ਵਾਲੇ ਰੁੱਲੇ ਨੇ, ਸੱਚ ਆਖਣ ਵਾਲੇ ਰੁੱਲੇ ਨੇ, ਹਰ ਇੱਕ ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਜਦ ਤੋਂ ਮੋਵੀ ਹੁਣੇ ਭੈਣ ਜੀ ਬਰਿੰਦਰ ਭੈਣ ਜੀ ਦੇਖ ਰੱਖੇ, ਉਂਝ ਜ਼ਮੀਰ ਤਾਂ ਸਾਨੂੰ ਰੋਜ਼ ਜਗਾਉਂਦਾ ਹੈ, ਉਂਝ ਜ਼ਮੀਰ ਤਾਂ ਸਾਨੂੰ ਰੋਜ਼ ਜਗਾਉਂਦਾ ਹੈ, ਜਗਾਉਂਦਾ ਹੈ, ਸਾਡੇ ਕੰਨ ਹੀ ਉਸ ਦੀ ਟੁਣਕ ਨੂੰ ਖੁੱਲੇ ਨੇ, ਟੁਣਕ ਨੂੰ ਖੁੱਲੇ ਨੇ, ਹਰ ਇੱਕ ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਕਦੇ ਤਾਂ ਕੁਲਵੰਤ ਭੈਣ ਜੀ ਦੇਖਣਾ, ਕਦੇ ਤਾਂ ਸੂਰਜ ਬਣ ਕੇ ਵੀ ਤੂੰ ਆ ਯਾਰਾ, ਕਦੇ ਤਾਂ ਸੂਰਜ ਬਣ ਕੇ ਵੀ ਤੂੰ ਆ ਯਾਰਾ, ਆ ਯਾਰਾ, ਵਾਹ ਜੀ ਵਾਹ, ਇੱਕ ਮੁੱਦਤ ਤੋਂ ਠੰਡੇ ਬੁੱਲ ਨਾ ਖੁੱਲੇ ਨੇ, ਘਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਜਦ ਤੂੰ ਮੋਵੀ ਹੁਣੇ, ਆਖਰੀ ਉਂਝ ਰਫੀਕ ਨੂੰ ਅੱਤ ਦੀ ਗਰਮੀ ਤੜਪਾਵੇ, ਉਂਝ ਰਫੀਕ ਨੂੰ ਅੱਤ ਦੀ ਗਰਮੀ ਤੜਪਾਵੇ, ਤੜਪਾਵੇ, ਆਉਣੇ ਜੋਗੀ ਜੀ ਤੂੰ ਆਉਣੇ ਤਾਂ ਆਉਂਦੇ ਲੱਗਦੇ, ਤੂੰ ਆਉਣੇ ਤਾਂ ਆਉਂਦੇ ਠੰਡੇ ਬੁੱਲੇ ਨੇ, ਠੰਡੇ ਬੁੱਲੇ ਨੇ, ਹਰ ਵਿੱਚ ਵੱਖਰੇ ਵੱਖਰੇ ਚੁੱਲੇ ਨੇ, ਜਦ ਤੋਂ ਮੋਹ ਨੇ ਚੁੱਲੇ ਨੇ, ਹਰ ਇੱਕ ਘਰ ਵਿੱਚ
ਵੱਖਰੇ ਵੱਖਰੇ ਚੁੱਲ੍ਹੇ ਲਾਜਵਾਬ ਰਫੀਕ ਸਾਹਿਬ ਬਹੁਤ ਖੂਬ ਬਹੁਤ ਖੂਬ ਰਫੀਕ ਸਾਹਿਬ ਸਭ ਤੋਂ ਪਹਿਲਾਂ ਤਾਂ ਠੀਕ ਚੈਨਲ ਦੀ ਸਮੁੱਚੀ ਪ੍ਰਬੰਧਕੀ ਟੀਮ ਦਾ ਬਹੁਤ ਧੰਨਵਾਦ। ਤੁਹਾਡੇ ਉਪਰਾਲਿਆਂ ਨੂੰ ਸਿੱਜਦੇ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ ਸਰੋਆ ਜੀ, ਤੇ ਬਹੁਤ ਧੰਨਵਾਦ ਕੁਲਵੰਤ ਕੌਰ ਚੰਦ ਭੈਣ ਜੀ, ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਇਕੱਠੇ ਹੋਏ ਹਾਂ। ਉਹਨਾਂ ਦਾ ਬਹੁਤ ਸ਼ੁਕਰਾਨਾ ਜਿਹੜਾ ਇਹ ਸਬੱਬ ਬਣਾ ਦਿੰਦੇ ਹੈ ਤੇ ਰੂਹ ਦੀ ਖੁਰਾਕ ਮਿਲ ਜਾਂਦੀ ਹੈ। ਮੈਂ ਇੱਕ ਗਜ਼ਲ ਤੋਂ ਪਹਿਲਾਂ ਸਾਡੇ ਮਾਇਆ ਨਾਜ ਸ਼ਾਇਰ ਜੋ ਪਿਛਲੇ ਦਿਨੀ ਚਲਾਣਾ ਕਰ ਗਏ ਸੁਰਜੀਤ ਪਾਤਰ ਜੀ, ਉਹਨਾਂ ਲਈ ਦੋ ਕੁ ਸ਼ੇਰ ਤੇ ਫਿਰ ਇੱਕ ਗਜ਼ਲ। ਸ਼ੇਰ ਹੈ ਜੀ ਪਾਤਰ ਸਾਹਿਬ ਨੂੰ ਸਮਰਪਿਤ ਹੈ, ਤੇਰਾ ਹਰ ਸ਼ੇਰ ਹਰ ਇੱਕ ਬੋਲ ਰੂਹ ਸ਼ਰਸ਼ਾਰ ਕਰਦਾ ਸੀ। ਵਾਹ ਸ਼ਰਸ਼ਾਰ ਕਰਦਾ, ਤੇਰਾ ਹਰ ਸ਼ੇਰ ਹਰ ਇੱਕ ਬੋਲ ਰੂਹ ਸ਼ਰਸ਼ਾਰ ਕਰਦਾ ਸੀ। ਵਾਹ ਜੀ ਵਾਹ, ਗਜ਼ਲ ਨੂੰ ਸਮਝਦਾ ਸੀ ਜੋ, ਰਹੀਕ ਸਾਹਿਬ ਦੇਖਣਾ ਜੀ, ਗਜ਼ਲ ਨੂੰ ਸਮਝਦਾ ਸੀ ਜੋ ਉਹ ਤੈਨੂੰ ਪਿਆਰ ਕਰਦਾ ਸੀ। ਵਾਹ ਜੀ ਵਾਹ ਵਾਹ ਵਾਹ, ਗਜ਼ਲ ਗਜ਼ਲ ਨੂੰ ਸਮਝਦਾ ਸੀ ਜੋ ਉਹ ਤੈਨੂੰ ਪਿਆਰ ਕਰਦਾ ਸੀ, ਵਿਚਾਲੇ ਛੋੜ ਕੇ ਮਹਿਫਿਲ ਤੂੰ ਕਿੱਥੇ ਤੁਰ ਗਿਆ ਯਾਰਾ, ਵਿਚਾਲੇ ਛੋੜ ਕੇ ਮਹਿਫਿਲ ਤੂੰ ਕਿੱਥੇ ਤੁਰ ਗਿਆ ਯਾਰਾ, ਕਲਮ ਦੇ ਨਾਲ ਤੂੰ ਪਤਝੜ ਨੂੰ ਵੀ ਗੁਲਜ਼ਾਰ ਕਰਦਾ ਸੀ, ਕਲਮ ਦੇ ਨਾਲ ਤੂੰ ਪਤਝੜ ਨੂੰ ਵੀ ਗੁਲਜ਼ਾਰ ਕਰਦਾ ਸੀ। ਫੇਰ ਆਪ ਸਭ ਦੇ ਚਰਨਾਂ ਵਿੱਚ ਉੱਠ ਵੇ ਜੋਗੀ ਚੱਲ ਵੇ ਜੋਗੀ ਮਸਲੇ ਦਾ ਕੱਢ ਹੱਲ ਵੇ ਜੋਗੀ, ਉੱਠ ਵੇ ਜੋਗੀ ਚੱਲ ਵੇ ਜੋਗੀ ਮਸਲੇ ਦਾ ਕੱਢ ਹੱਲ ਵੇ ਜੋਗੀ, ਜਿਹੜੇ ਜਿਹੜੇ ਸੁਨੇ ਵਿਹੜੇ ਉੱਥੇ ਖੁਸ਼ਬੂ ਕੱਲ ਵੇ ਜੋਗੀ, ਜਿਹੜੇ ਜਿਹੜੇ ਸੁਨੇ ਵਿਹੜੇ ਉੱਥੇ ਖੁਸ਼ਬੂ ਕੱਲ ਵੇ ਜੋਗੀ। ਬਹੁਤ ਮਿਹਰਬਾਨੀ ਜੀ। ਸ਼ੇਰ ਦੇਖਣਾ ਜੀ, ਹਨੇਰੇ ਦੀਆਂ ਪਰਤਾਂ ਲਾ ਕੇ ਹਨੇਰੇ ਦੀਆਂ ਪਰਤਾਂ ਲਾ ਕੇ ਮਨ ਤੇ ਚਾਨਣ ਮੱਲ ਵੇ ਜੋਗੀ, ਹਨੇਰੇ ਦੀਆਂ ਪਰਤਾਂ ਲਾ ਕੇ ਮਨ ਤੇ ਚਾਨਣ ਮੱਲ ਵੇ ਜੋਗੀ, ਔਰ ਇਹ ਤਾਂ ਆਉਂਦੇ ਜਾਂਦੇ ਰਹਿਣੇ, ਇਹ ਤਾਂ ਆਉਂਦੇ ਜਾਂਦੇ ਰਹਿਣੇ ਦੁੱਖ ਸੁੱਖ ਪਿੰਡੇ ਚੱਲ ਵੇ ਜੋਗੀ, ਦੁੱਖ ਸੁੱਖ ਪਿੰਡੇ ਚੱਲ ਵੇ ਜੋਗੀ। ਔਰ ਸ਼ੇਰ ਦੇਖਣਾ ਜੀ, ਗੁਰਬਾਣੀ ਦੇ ਫਿਲਾਸਫੇ ਅਨੁਸਾਰ ਇਹ ਸ਼ੇਰ, ਔਖਾ ਹੀ ਇਹ ਕਾਬੂ ਆਵੇ, ਔਖਾ ਹੀ ਇਹ ਕਾਬੂ ਆਵੇ ਮਨ ਆਪਣੇ ਨੂੰ ਠੱਲ ਵੇ ਜੋਗੀ, ਔਖਾ ਹੀ ਇਹ ਕਾਬੂ ਆਵੇ, ਮਿਹਰਬਾਨੀ ਜੀ, ਔਖਾ ਹੀ ਇਹ ਕਾਬੂ ਆਵੇ ਮਨ ਆਪਣੇ ਨੂੰ ਠੱਲ ਵੇ ਜੋਗੀ, ਔਰ ਦੁਸ਼ਮਣ ਨੂੰ ਕਿਉਂ ਚੇਤੇ ਕਰਦਾ, ਦੁਸ਼ਮਣ ਨੂੰ ਕਿਉਂ ਚੇਤੇ ਕਰਦਾ, ਸੱਜਣ ਦੀ ਕਰ ਗੱਲ ਵੇ ਜੋਗੀ,
ਔਰ ਰੁਸਿਆ ਯਾਰ ਮਨਾ ਲੈ ਅੱਜ ਹੀ, ਰੁਸਿਆ ਯਾਰ ਮਨਾ ਲੈ ਅੱਜ ਹੀ, ਕਿਸ ਤੱਕਿਆ ਏ ਕੱਲ ਵੇ ਜੋਗੀ, ਕਿਸ ਤੱਕਿਆ ਏ ਕੱਲ ਵੇ ਜੋਗੀ, ਉੱਠ ਵੇ ਜੋਗੀ ਚੱਲ ਵੇ ਜੋਗੀ, ਮਸਲੇ ਦਾ ਕੱਢ ਹੱਲ ਵੇ ਜੋਗੀ, ਔਰ ਜਿਹੜੇ ਜਿਹੜੇ ਸੁਨੇ ਵਿਹੜੇ ਉੱਥੇ ਖੁਸ਼ਬੂ ਕੱਲ ਵੇ ਜੋਗੀ, ਉੱਥੇ ਖੁਸ਼ਬੂ ਕੱਲ ਵੇ ਜੋਗੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਕੈਨੇਡਾ ਤੋਂ ਵੀ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਭੈਣ ਜੀ ਹੁਣ ਤੁਸੀਂ ਕੀ ਲੈ ਕੇ ਆਏ ਆ ਸਾਡੇ ਲਈ? ਹਾਂਜੀ ਅੱਜ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਬੜੀ ਮੁਸ਼ਕਲ ਨਾਲ ਅੱਜ ਮੈਂ ਜੁੜ ਵੀ ਪਾਈ ਆ ਤੇ ਮੈਨੂੰ ਬਹੁਤ 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 ਹੀ ਸਤਿਕਾਰ ਕਰਦੇ ਹਾਂ ਸਿੱਖ ਚੈਨਲ ਦਾ। ਪਰਮਿੰਦਰ ਜੀ ਜੋ ਸਾਨੂੰ ਤੁਸੀਂ ਲੈ ਕੇ ਆਉਂਦੇ ਹੋ, ਇੰਨਾ ਮਾਣ ਬਖਸ਼ਦੇ ਹੋ, ਤੇ ਰੱਬ ਜੈਸੇ ਸਰੋਤਿਆਂ ਦਾ ਜੋ ਸਾਨੂੰ ਸੁਣਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਆਖਦੀ ਹਾਂ ਮੇਰਾ ਤੁਹਾਡੀ ਇੰਟਰੋਡਕਸ਼ਨ ਆਲਰੇਡੀ ਕਰਵਾ ਦਿੱਤੀ। ਬਹੁਤ ਮਹਾਨ ਸ਼ਖਸੀਅਤਾਂ ਨੇ ਔਰ ਇਹਨਾਂ ਦੇ ਕੋਲ ਬਹੁਤ ਕੁਛ ਸਿੱਖਣ ਨੂੰ ਮੈਨੂੰ ਮਿਲਦਾ। ਬਹੁਤ ਬਹੁਤ ਸਾਰਿਆਂ ਦਾ। ਦੁਨੀਆ ਦਾ ਮੇਲਾ ਲੋਕੋ, ਕੜੀਆਂ ਕੇ ਪੱਲਾਂ ਦਾ ਨੇਕ ਕਮਾਈ, ਫਿਰ ਮੁੱਲ ਪੈਣਾ ਗੱਲਾਂ ਦਾ, ਮੁੱਲ ਪੈਣਾ ਗੱਲਾਂ ਦਾ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਸੁਰੀਲਾ ਗਲਾ ਜੀ, ਬਹੁਤ ਬਹੁਤ ਖੂਬ, ਬਹੁਤ ਬਹੁਤ ਸ਼ੁਕਰੀਆ। ਰੱਬ ਤੋਂ ਬਗੈਰ ਤੇਰਾ ਆਪਣਾ ਰਹਿਣਾ ਤੇਰਾ, ਰੱਬ ਨਾਮ ਤੋਂ ਬਗੈਰ ਕੋਈ ਆਪਣਾ ਨਾ ਹੋਣਾ ਤੇਰਾ, ਛੱਡ ਜਾਣ ਕੱਲੇ ਜਿਨ੍ਹਾਂ ਨੂੰ ਆਖਦਾ ਤੂੰ ਮੇਰਾ ਮੇਰਾ, ਕੀ ਏ ਪਰੋਸਾ ਲੋਕੋ ਸਾਗਰੀਏ ਛਲਾਂ ਦਾ, ਨੇਕ ਕਮਾਈ ਫਿਰ ਪੈਣਾ ਮਾਂ ਬਾਪ ਤੇ ਪੁੱਤ ਪਤੀ ਦਾ ਵਿਕਾ ਮਾਂ, ਰੱਬ ਤੋਂ ਬਗੈਰ ਸਾਰੇ ਜੱਗ ਉੱਤੇ ਝੂਠੇ ਜਾਣ, ਛੱਡ ਝੂਠੀਆਂ ਮਾਰੀਏ ਮੱਲਾਂ ਦਾ, ਨੇਕ ਕਮਾਈ ਫਿਰ ਮੁੱਲ ਪੈਣਾ ਗੱਲਾਂ ਦਾ, ਮੁੱਲ ਪੈਣਾ ਗੱਲਾਂ ਦਾ, ਮੁੱਲ ਪੈਣਾ ਗੱਲਾਂ ਦਾ। ਬਹੁਤ 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 ਹਾਥੀ ਕੋਣੇ ਬੰਗਲੇ ਕਾਰਾ ਮੈਲ ਚ ਬਾਰੇ ਛੱਡ, ਰੱਖਣਾ ਨੀ ਦੋ ਕੜੀ
ਕੁਲਵੰਤ ਮੇਰੀ ਮੇਰੀ ਛੱਡਨੀ ਉਦੋਂ ਥਰ ਥਰ ਕੰਬਣਾ ਜਦੋਂ ਹਿਸਾਬ ਹੋਣਾ ਪਲਾਂ ਦਾ ਮੁੱਲ ਪੈਣਾ ਗਲਾਂ ਦਾ ਜੰਮੂ ਅਵਨੀ ਥੀਏਟਰ ਦੇ ਵਿਚ ਸਾਹੀ ਬਹੁਤ ਵੱਡਾ ਇੱਥੇ ਪ੍ਰੋਗਰਾਮ ਕਰ ਰਹੇ ਸਾਡਾ ਮਹਿਫਲ ਸੱਜੀ ਆਪਣੀ ਬਿਰਹਾਂ ਦੇ ਸਾਲ ਉਹਨਾਂ ਨੂੰ ਜਦੋਂ ਭੇਟਾ ਕੀਤੀ ਤੇ ਕਹਿੰਦੇ ਕੁਲਵੰਤ ਦੇ ਗੀਤ ਨੇ ਤੇ ਮੈਨੂੰ ਫ੍ਰੀ ਜੀ ਕਰ ਦਿੱਤਾ ਆਪਣੀ ਕਹਾਣੀ ਸੁਣਾਈ ਸੀ ਟਾਵੇ ਟਾਵੇ ਸੁਨੇ ਸੁਨੇ ਮਤਲਬ ਕਿ ਪੈਰਾਂ ਰਾਹਾਂ ਉੱਤੇ ਟਾਵੇ ਟਾਵੇ ਕੋਈ ਪੈਰ ਏ ਕਹਿੰਦੇ ਸੀ ਮੈਂ ਆਪ ਕੁਲਵੰਤ ਜੀ ਆਵਾਂਗਾ ਤੇ ਇਸਨੂੰ ਰਿਲੀਜ਼ ਕਰਾਂਗੇ ਲੇਕਿਨ ਮੈਂ ਅਪਾਗਨ ਜਿਹੜੀ ਹੈ ਉਹ ਸਮਾਂ ਉਹਨਾਂ ਕੋਲੋਂ ਨਹੀਂ ਲੈ ਸਕੀ ਉਹਨਾਂ ਦੇ ਗੀਤ ਜ਼ਰੂਰ ਲੱਗ ਚੁੱਕੇ ਨੇ ਬੁੱਕ ਦੇ ਵਿੱਚ ਮਿੱਠੀਆਂ ਯਾਦਾਂ ਦੇ ਵਿੱਚ ਉਹ ਆਪ ਦੂਰ ਚਲੇ ਗਏ ਸਾਡੇ ਦੂਰ ਤੇ ਨਹੀਂ ਗਏ ਸਾਡੇ ਦਿਲਾਂ ਦੇ ਵਿੱਚ ਹੀ ਨੇ ਲਿਖਤਾਂ ਦੇ ਵਿੱਚ ਹੀ ਨੇ ਤੇ ਮਾਫ਼ੀ ਚਾਹੁੰਦੀ ਹਾਂ ਅੱਜ ਮੈਂ ਬਹੁਤ ਮੁਸ਼ਕਲ ਦੇ ਨਾਲ ਹੀ ਜੁੜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਆਪਣੀ ਜਿਹੜੀ ਕਵਿਤਾ ਪੇਸ਼ ਕੀਤੀ ਤੁਹਾਡੇ ਸਾਹਮਣੇ ਤੇ ਨਾਲ ਨਾਲ ਜਿਹੜੇ ਸਾਡੇ ਕਵੀ ਹੈਗੇ ਆ ਸੁਰਜੀਤ ਸਿੰਘ ਪਾਤਰ ਜੀ ਜਿਹੜੇ ਕਿ ਇਸ ਦੁਨੀਆਂ ਤੋਂ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਹਨ ਉਹਨਾਂ ਨੂੰ ਸ਼ਰਧਾਂਜਲੀ ਵੀ ਪੇਸ਼ ਕਰ ਰਹੇ ਹਾਂ ਸਾਡੇ ਅਗਲੇ ਕਵੀ ਹੈਗੇ ਆ ਪਹਿਲੀ ਵਾਰ ਸਾਡੇ ਨਾਲ ਜੁੜੇ ਹੈਗੇ ਆ ਸੁਜਾਨ ਸਿੰਘ ਟੋਰਾਂਟੋ ਕੈਨੇਡਾ ਤੋਂ ਜਿਹੜੇ ਕਿ ਰਿਟਾਇਰ ਅਧਿਆਪਕ ਆ ਇਹਨਾਂ ਦੀਆਂ ਕਾਫ਼ੀ ਕਿਤਾਬਾਂ ਛਪੀਆਂ ਹੈਗੀਆਂ ਆ ਤੇ ਰਚਨਾਵਾਂ ਜਿਹੜੀਆਂ ਧਾਰਮਿਕ ਤੇ ਸਾਹਿਤਿਕ ਸਟੇਜ ਕਵੀ ਵੱਖ ਵੱਖ ਜਗ੍ਹਾ ਤੇ ਆਲ ਓਵਰ ਦਾ ਵਰਲਡ ਕਵੀ ਦਰਬਾਰਾਂ ਦੇ ਨਾਲ ਜੁੜਦੇ ਹੈਗੇ ਆ ਤੇ ਉਹਨਾਂ ਦਾ ਅਸੀਂ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਚੈਨਲ ਦੇ ਵਿਹੜੇ ਤੇ ਜਿਹੜਾ ਕਿ ਰੰਗ ਪੰਜਾਬ ਦੇ ਪ੍ਰੋਗਰਾਮ ਦੇ ਕਵੀ ਦਰਬਾਰ ਦੇ ਵਿੱਚ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਕੁਲਵੰਤ ਕੌਰ ਜੀ ਇਹਨਾਂ ਨੇ ਆਪਣੀ ਬੜੀ ਸੁਰੀਲੇ ਗਲੇ ਦੇ ਨਾਲ ਬਹੁਤ ਵਧੀਆ ਆਵਾਜ਼ ਨਾਲ ਗੀਤ ਪੇਸ਼ ਕੀਤਾ ਗੁਰਚਰਨ ਸਿੰਘ ਜੀ ਜੋਗੀ ਕੁਲਵੰਤ ਸਿੰਘ ਜੀ ਰਫੀਕ ਕੁਲਵੰਤ ਸਿੰਘ ਜੀ ਅਕਸਰ ਤੁਸੀਂ ਮੇਰੇ ਗੀਤ ਜਿਹੜੇ ਹੈ ਸ਼ਪਾਲ ਸਿੰਘ ਜੀ ਪਾਲ ਪੰਜਾਬ ਦੇ ਰਫੀ ਉਹਨਾਂ ਕੋਲ ਸੁਣਦੇ ਹੋਗੇ ਅਕਸਰ ਉਹ ਮੇਰੇ ਗੀਤ ਬੋਲਦੇ ਨੇ ਹਾਂਜੀ ਅੱਜ ਕਰ ਰਿਹਾ ਸ਼ੇਰ ਸੁਣਨਾ ਚਮਸਰਾ ਸੁਣਨਾ ਕਿ ਝੂਠੇ ਲਾਲਚਾਂ ਤੇ ਕਦੇ ਡੁੱਲੀਏ ਨਾ ਧਿਆਨ ਦੇਣਾ ਧਿਆਨ ਦੇਣਾ
ਉਠੇ ਲਾਲਚਾਂ ਤੇ ਕਦੇ ਡੁੱਲੀਏ ਨਾ ਸਾਂਝ ਗੁਣਾਂ ਦੀ ਪਾਈਏ ਤਾਂ ਗੱਲ ਬਣਦੀ ਦੇਣੀ ਸਿੱਖਿਆ ਦੂਜੇ ਨੂੰ ਬੜੀ ਸੌਖੀ ਰਫੀਕ ਜੀ ਦੇਣੀ ਸਿੱਖਿਆ ਦੂਜੇ ਨੂੰ ਬੜੀ ਸੌਖੀ ਆਪਣਾ ਮਨ ਸਮਝਾਈਏ ਤਾਂ ਗੱਲ ਬਣਦੀ ਆਪਣਾ ਮਨ ਸਮਝਾਈਏ ਤਾਂ ਗੱਲ ਬਣਦੀ ਤੇ ਕਰੀਏ ਦੁਖੀ ਨਾ ਕਿਸੇ ਦੀ ਆਤਮਾ ਨੂੰ ਸਗੋਂ ਦਰਦ ਵੰਡਾਈਏ ਤਾਂ ਗੱਲ ਬਣਦੀ ਜਵਾਨ ਸਰੋਤੇ ਸੁਜਾਨ ਜਿੱਥੇ ਕਵਿਤਾ ਉੱਥੇ ਸੁਣਾਈਏ ਤਾਂ ਗੱਲ ਬਣਦੀ ਕਰੀਏ ਦੁਖੀ ਨਾ ਕਿਸੇ ਦੀ ਜੋਗੀ ਸਾਹਿਬ ਕਰੀਏ ਦੁਖੀ ਨਾ ਕਿਸੇ ਦੀ ਆਤਮਾ ਨੂੰ ਆਪਣਾ ਮਨ ਸਮਝਾਈਏ ਤਾਂ ਗੱਲ ਬਣਦੀ ਤੇ ਸੂਝਵਾਨ ਸਰੋਤੇ ਸੁਜਾਨ ਜਿੱਥੇ ਕਵਿਤਾ ਉੱਥੇ ਸੁਣਾਈਏ ਤਾਂ ਗੱਲ ਬਣਦੀ ਇੱਕ ਲਾਸ਼ਵੰਤਾ ਦੇ ਉੱਤੇ ਗੱਲ ਚੱਲ ਰਹੀ ਸੀ ਆਪਣੇ ਸਾਡੇ ਜਿਹੜੇ ਸ਼ਹਿਰ ਵਿਛੜ ਗਏ ਨੇ ਸਾਡੇ ਤੋਂ ਉਹਨਾਂ ਦਾ ਬਹੁਤ ਨਾਮ ਸੀ ਪਾਤਰ ਸਾਹਿਬ ਦਾ ਤੇ ਮੈਂ ਮਿਸਰਾ ਕਹਿ ਰਿਹਾ ਕਿ ਭੈਣ ਜੀ ਧਿਆਨ ਦੇਣਾ ਸੁਰੂਆ ਭੈਣ ਜੀ ਕਿ ਕਿਹੜੀ ਹੱਟੀਓਂ ਮਿਲੇਗਾ ਖਰਾ ਸੌਦਾ ਜੋਗੀ ਸਾਹਿਬ ਕਿਹੜੀ ਹੱਟੀਓਂ ਮਿਲੇਗਾ ਖਰਾ ਸੌਦਾ ਜਾ ਕੇ ਉਹ ਦੁਕਾਨ ਤੇ ਪਤਾ ਲੱਗਦਾ ਕਿਹੜਾ ਬੋਲਦਾ ਮਿੱਠੀ ਜ਼ੁਬਾਨ ਵਧੀਆ ਮਿਲ ਕੇ ਉਸ ਇਨਸਾਨ ਨੂੰ ਪਤਾ ਲੱਗਦਾ ਕਿਸੇ ਪੁੱਛਿਆ ਔਲੇ ਦਾ ਸਵਾਦ ਕੀ ਏ ਕਿਸੇ ਪੁੱਛਿਆ ਔਲੇ ਦਾ ਸਵਾਦ ਕੀ ਏ ਔਲਾ ਖਾਣ ਤੋਂ ਬਾਅਦ ਹੀ ਪਤਾ ਲੱਗਦਾ ਉਹ ਕਿਹੜਾ ਆਦਮੀ ਸੁਜਾਨ ਇਨਸਾਨ ਵਧੀਆ ਉਹਦੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਸੁਜਾਨ ਇਨਸਾਨ ਵਧੀਆ ਉਹਦੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਤੋ ਇੱਕ ਮੈਂ ਰਚਨਾ ਆਪਣੇ ਗਜ਼ਲ ਦੀ ਕਹਿ ਰਿਹਾ ਕਿ ਸਾਹ ਸ਼ਹਿਰ ਬੈਠੇ ਨੇ ਕਿ ਦੀਵੇ ਨਾਲ ਨਹੀਂ ਮਿਟਣਾ ਹਨੇਰਾ ਮੈਂ ਤਰਨ ਵਿੱਚ ਨਹੀਂ ਕਵਾਂ ਕਿਉਂਕਿ ਕਹਿ ਚੁੱਕੇ ਤਰਨ ਵਿੱਚ ਕਿ ਦੀਵੇ ਨਾਲ ਨਹੀਂ ਮਿਟਣਾ ਹਨੇਰਾ ਅੱਗ ਤਲੀ ਤੇ ਲਾ ਕੇ ਆ ਯਾਰ ਦੀ ਗਲੀ ਚ ਜੇ ਤੂੰ ਜਾਣਾ ਤਲੀ ਤੇ ਸੀਸ ਟਿਕਾ ਕੇ ਆ ਦੀਵੇ ਨਾਲ ਨਹੀਂ ਮਿਟਣਾ ਹਨੇਰਾ ਅੱਗ ਤਲੀ ਤੇ ਲਾ ਕੇ ਆ ਯਾਰ ਦੀ ਗਲੀ ਚ ਜੇ ਤੂੰ ਜਾਣਾ ਤਲੀ ਤੇ ਸੀਸ ਟਿਕਾ ਕੇ ਆ ਤੇ ਸ਼ਹਿਰ ਦੋਸਤੋ ਧਿਆਨ ਦੇਣਾ ਰੋਟੀ ਦੀਜੇ ਕੀਮਤ ਪੁੱਛਦਾ ਰੋਟੀ ਦੀਜੇ ਕੀਮਤ ਪੁੱਛਦਾ ਉਹ ਪੁੱਛ ਕਿਸੇ ਮਜ਼ਦੂਰ ਦੇ ਕੋਲੋਂ ਰੋਟੀ ਦੀਜੇ ਕੀਮਤ ਪੁੱਛਦਾ ਤੇ ਪੁੱਛ ਕਿਸੇ ਮਜ਼ਦੂਰ ਦੇ ਕੋਲੋਂ ਇੱਟਾਂ ਸੀਮੈਂਟ ਸਿਰ ਤੇ ਟੋਕੇ ਕਿਤੇ ਦਿਹਾੜੀ ਲਾ ਕੇ ਆ ਜੇ ਰੋਟੀ ਦੀ ਕੀਮਤ ਪੁੱਛਦਾ ਪੁੱਛ ਕਿਸੇ ਮਜ਼ਦੂਰ ਦੇ ਕੋਲੋਂ ਇੱਟਾਂ ਸੀਮੈਂਟ ਸਿਰ ਤੇ ਟੋਕੇ ਕਿਤੇ ਦਿਹਾੜੀ ਲਾ ਕੇ ਆ ਕੋਦਰੇ ਦਾ ਪ੍ਰਸ਼ਾਦਾ ਤੂੰ ਵੀ ਕੁਲਵੰਤ ਭੈਣ ਜੀ ਧਿਆਨ ਦੇਣਾ ਕੋਦਰੇ ਦਾ ਪ੍ਰਸ਼ਾਦਾ ਤੂੰ ਵੀ ਨਾਨਕ ਤਾਈ ਛਕਾਉਣਾ ਜੇ ਕੋਦਰੇ ਦਾ ਪ੍ਰਸ਼ਾਦਾ ਤੂੰ ਵੀ ਉਹ ਨਾਨਕ ਤਾਈ ਛਕਾਉਣਾ ਜੇ ਭਾਈ ਲਾਲੋ ਦੇ ਵਾਂਗਰ ਤੂੰ ਵੀ ਸੁੱਚੀ ਕਿਰਤ ਕਮਾ ਕੇ ਆ ਕੋਦਰੇ ਦਾ ਪ੍ਰਸ਼ਾਦਾ ਤੂੰ ਵੀ ਨਾਨਕ ਤਾਈ ਛਕਾਉਣਾ ਜੇ
ਉਹ ਭਾਈ ਲਾਲੋ ਦੇ ਵਾਂਗਰ ਤੂੰ ਵੀ ਸੁੱਚੀ ਕਿਰਤ ਕਮਾ ਕੇ ਆ ਤੂੰ ਸ਼ਹਿਰ ਦੋਸਤੋ ਰੱਬ ਨਹੀਂ ਮੰਦਿਰ ਮਸਜਿਦ ਦੇ ਵਿੱਚ ਰੱਬ ਨਹੀਂ ਮੰਦਿਰ ਮਸਜਿਦ ਦੇ ਵਿੱਚ ਐਵੇਂ ਇੱਕ ਭੁਲੇਖਾ ਹੈ ਜੋਗੀ ਸਾਹਿਬ ਰੱਬ ਨਹੀਂ ਮੰਦਿਰ ਮਸਜਿਦ ਦੇ ਵਿੱਚ ਐਵੇਂ ਇੱਕ ਭੁਲੇਖਾ ਹੈ ਉਹਦੀ ਰਚੀ ਸ੍ਰਿਸ਼ਟੀ ਵਿੱਚੋਂ ਉਹਦੇ ਦਰਸ਼ਨ ਪਾ ਕੇ ਆ ਘੱਟ ਘੱਟ ਮੇ ਹਰ ਜੂ ਵਸੇ ਸੰਤਨ ਗਏ ਉਪਕਾਰ ਉਹਦੀ ਰੱਬ ਨੇ ਮੰਦਿਰ ਮਸਜਿਦ ਦੇ ਵਿੱਚ ਐਵੇਂ ਇੱਕ ਭੁਲੇਖਾ ਹੈ ਉਹਦੀ ਰਚੀ ਸ੍ਰਿਸ਼ਟੀ ਵਿੱਚ ਉਹਦੇ ਦਰਸ਼ਨ ਪਾ ਕੇ ਆ ਤੋ ਪੁੱਤਾਂ ਵਾਂਗ ਫਸਲ ਹੈ ਪਲਦੀ ਪੁੱਤਾਂ ਵਾਂਗ ਫਸਲ ਹੈ ਪਲਦੀ ਇਸਦੀ ਤੈਨੂੰ ਕਦਰ ਨਹੀਂ ਤੇ ਮਾਮਲੇ ਤੇ ਕਿਤੇ ਪੈਲੀ ਲਾ ਕੇ ਆਪੂ ਫਸਲ ਉਗਾ ਕੇ ਆ ਵਾਹ 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 ਜੀ ਵਾਹ ਬਹੁਤ ਖੂਬ ਸੁਜਾਨ ਜੀ ਬਹੁਤ ਪੁੱਤਾਂ ਵਾਂਗ ਫਸਲ ਵਾਂਗ ਫਸਲ ਹੈ ਪਲਦੀ ਇਸਦੀ ਤੈਨੂੰ ਕਦਰ ਨਹੀਂ ਮਾਮਲੇ ਤੇ ਕਿਤੇ ਪੈਲੀ ਲੈ ਕੇ ਆਪੂ ਫਸਲ ਉਗਾ ਕੇ ਆ ਜੋਗੀ ਸਾਹਿਬ ਧਿਆਨ ਦੇਣਾ ਆਪਣੀ ਸਿਫਤ ਸਲਾਹ ਦਾ ਦੇਖੋ ਭੈਣ ਜੀ ਕੁਲਵੰਤ ਭੈਣ ਜੀ ਖਾਸ ਗੱਲ ਕਰ ਰਿਹਾ ਆਪਣੀ ਸਿਫਤ ਸਲਾਹ ਦਾ ਦੇਖੋ ਚੰਗੀ ਲੱਗਦੀ ਰੱਬ ਨੂੰ ਵੀ ਆਪਣੀ ਸਿਫਤ ਸਲਾਹ ਦਾ ਦੇਖੋ ਚੰਗੀ ਲੱਗਦੀ ਰੱਬ ਨੂੰ ਵੀ ਉਹ ਵੀ ਕਹਿੰਦਾ ਕੋਲ ਦੇ ਆਉਣਾ ਮੇਰਾ ਨਾਮ ਤੇ ਆ ਕੇ ਆ ਆਪਣੀ ਸਿਫਤ ਸਲਾਹ ਤਾਂ ਦੇਖੋ ਚੰਗੀ ਲੱਗਦੀ ਰੱਬ ਨੂੰ ਵੀ ਉਹ ਵੀ ਕਹਿੰਦਾ ਕੋਲ ਜੇ ਆਉਣਾ ਮੇਰਾ ਨਾਮ ਤੇ ਆ ਕੇ ਆ ਤੋ ਅੰਤ ਮਲੈਣਾ ਕਹਿ ਰਿਹਾ ਕਿ ਕੁਲਵੰਤ ਜੀ ਇਹ ਸੁਰਾ ਭੈਣ ਜੀ ਇਹ ਤੂੰ ਵੀ ਸੁਗੜ ਸੁਜਾਨ ਬਣਦੀ ਮਨ ਵਿੱਚ ਇੱਛਾ ਰੱਖੀ ਜੇ ਤੂੰ ਵੀ ਸੁਗੜ ਸੁਜਾਨ ਬਣਦੀ ਮਨ ਵਿੱਚ ਇੱਛਾ ਰੱਖੀ ਜੇ ਉਹ ਤੂੜੀ ਚੁੱਕ ਕੇ ਉਹਦੇ ਦਰਦੀ ਮਸਤਕ ਉੱਤੇ ਲਾ ਕੇ ਆ ਕੈਨੇਡਾ ਤੋਂ ਜਿਹੜੇ ਕਿ ਬਹੁਤ ਹੀ ਵਧੀਆ ਕਵੀ ਹਰ ਇੱਕ ਨੇ ਆਪਣੇ ਆਪਣੀ ਜਗ੍ਹਾ ਬਹੁਤ ਹੀ ਵਧੀਆ ਸੁਰੀਲੀਆਂ ਆਵਾਜ਼ਾਂ ਦੇ ਵਿੱਚ ਸਾਡੇ ਦਰਸ਼ਕਾਂ ਦੇ ਰੂਬਰੂ ਕਵਿਤਾਵਾਂ ਕੀਤੀਆਂ ਤੇ ਹੁਣ ਸਾਡੇ ਕੋਲ ਥੋੜਾ ਸਮਾਂ ਹੈ ਮੈਂ ਕਹਿੰਦੀ ਹਾਂ ਕਿ ਇੱਕ ਇੱਕ ਜਿਹੜਾ ਦੋ ਦੋ ਲਾਈਨਾਂ ਵਾਲਾ ਇੱਕ ਇੱਕ ਵਾਰੀ ਹੋਰ ਤੁਸੀਂ ਸਾਡੇ ਦਰਸ਼ਕਾਂ ਲਈ ਹੋਰ ਕੁਛ ਗਾ ਦਿਓ ਗਜ਼ਲ ਕਵਿਤਾ ਜੋ ਵੀ ਹੈਗਾ ਜੀ ਹਾਂਜੀ ਤੁਸੀਂ ਕੁਲਵੰਤ ਸਿੰਘ ਜੀ ਰਫੀਕੀ ਤੁਸੀਂ ਹਾਂਜੀ ਜਿਵੇਂ ਜਿਵੇਂ ਚਾਰ ਸਤਰਾਂ ਸੁਰਜੀਤ ਪਾਤਰ ਜੀ ਲਈ ਉਰਦੂ ਵਿੱਚ ਮੈਂ ਕਿਹਾ ਚਾਰ ਸਤਰਾਂ ਸੁਰਜੀਤ ਪਾਤਰ ਜੀ ਲਈ ਉਰਦੂ ਵਿੱਚ ਕਹਿ ਰਹੇ ਗਰ ਉਨ ਲਬੋ ਨੇ ਕੁਛ ਕਹਾ ਹੋਤਾ ਗਰ ਉਨ ਲਬੋ ਨੇ ਕੁਛ ਕਹਾ ਹੋਤਾ ਜ਼ੀਸਤ ਕਾ ਰੰਗ ਨਿਖਰ ਗਿਆ ਹੋਤਾ ਰੰਗ ਨਿਖਰ ਗਿਆ ਹੋਤਾ ਹਾਏ ਇੱਕ ਅਸ਼ਕ ਕੀ ਹਸਰਤ ਥੀ ਹਾਏ
ਇੱਕ ਅਸ਼ਕ ਕੀ ਯੇ ਹਸਰਤ ਥੀ ਤੇਰੀ ਆਂਖੋਂ ਸੇ ਵੋ ਬਹਾ ਹੋਤਾ ਤੇਰੀ ਆਂਖੋਂ ਸੇ ਵੋ ਬਹਾ ਹੋਤਾ ਵਾਹ ਜੀ ਵਾਹ ਜੀ ਵਾਹ ਵਾਹ ਜੀ ਜਮੰਦ ਜੱਜ ਜਦੋਂ ਕੋਈ ਰਾਜ਼ ਖੋਲੇ ਤਾਂ ਬੜੀ ਤਕਲੀਫ ਹੁੰਦੀ ਬੋਲੇ ਤਾਂ ਬੜੀ ਤਕਲੀਫ ਹੁੰਦੀ ਏ ਬੜੀ ਤਕਲੀਫ ਹੁੰਦੀ ਬੜੀ ਤਕਲੀਫ ਹੁੰਦੀ ਏ ਜਦੋਂ ਕੋਈ ਰਾਜ ਖੋਲੇ ਤਾਂ ਫਿਰ ਦੇਖਣਾ ਪੈਂਦਾ ਮੈਂ ਰਾਜਾਂ ਦੇ ਕਿਸੇ ਵੀ ਸ਼ਖਸ ਤੇ ਸ਼ਿਕਵਾ ਕਰਾਂ ਤੇ ਕਿਉਂ ਮੈਂ ਰਾਜਾਂ ਦੇ ਕਿਸੇ ਵੀ ਸ਼ਖਸ ਤੇ ਸ਼ਿਕਵਾ ਕਰਾਂ ਤੇ ਕਿਉਂ ਪਰ ਕੋਈ ਆਪਣਾ ਨਾ ਬੋਲੇ ਤਾਂ ਬੜੀ ਤਕਲੀਫ ਹੁੰਦੀ ਏ ਬੜੀ ਤਕਲੀਫ ਕੋਈ ਬੋਲੇ ਤਾਂ ਬੜੀ ਤਕਲੀਫ ਹੁੰਦੀ ਏ ਬੜੀ ਤਕਲੀਫ ਬੜੀ ਤਕਲੀਫ ਹੁੰਦੀ ਏ ਜਦੋਂ ਕੋਈ ਰਾਜ ਖੋਲੇ ਤਾਂ ਉਹਨਾਂ ਸਿਆਸਤਦਾਨਾਂ ਲਈ ਜਿਨ੍ਹਾਂ ਨੇ ਅੱਜ ਦੀ ਸਿਆਸਤ ਨੂੰ ਗੰਧਲਾ ਕੀਤਾ ਹੈ ਉਹ ਹਰ ਪਲ ਝੂਠ ਨੀ ਸਾਦਗੀ ਨਾਲ ਬੋਲਦੇ ਅਕਸਰ ਉਹ ਹਰ ਪਲ ਝੂਠ ਨੀ ਸਾਦਗੀ ਨਾਲ ਬੋਲਦੇ ਅਕਸਰ ਕਦੇ ਉਹ ਸੱਚ ਬੋਲੇ ਤਾਂ ਬੜੀ ਤਕਲੀਫ ਹੁੰਦੀ ਹੈ ਸੱਚ ਬੋਲੇ ਤਾਂ ਬੜੀ ਤਕਲੀਫ ਹੁੰਦੀ ਏ ਬੜੀ ਤਕਲੀਫ ਹੁੰਦੀ ਏ ਮਤਲਬ ਤੂੰ ਪਹਿਲੇ ਖੇਲ ਕਹਿ ਕੇ ਸਾਡੇ ਦਰਦ ਨਾ ਕਟਾਵੇ ਪਰ ਉਹ ਸਾਡੇ ਦਰਦ ਨੂੰ ਬੇਸ਼ੱਕ ਦੇਵੀ ਨਾ ਕਟਾਵੇ ਪਰ ਜਦੋਂ ਜ਼ਖਮ ਖੋਲੇ ਤਾਂ ਬੜੀ ਤਕਲੀਫ ਹੁੰਦੀ ਏ ਬੜੀ ਤਕਲੀਫ ਹੁੰਦੀ ਬੜੀ ਤਕਲੀਫ ਹੁੰਦੀ ਏ ਆਕਰਸ਼ਿਤ ਕਹਿ ਕੇ ਹਿੰਮਤ ਜਾਚ ਖੋਵਾਂਗਾ ਰਫੀਕ ਹੁਣ ਨਹੀਂ ਨਿਹੱਥਾ ਸ਼ਬਦ ਉਸਦੇ ਨਾਲ ਨੇ ਹਰ ਪਲ ਰਫੀਕ ਹੁਣ ਨਹੀਂ ਨਿਹੱਥਾ ਸ਼ਬਦ ਉਸਦੇ ਨਾਲ ਨੇ ਹਰ ਪਲ ਜੇ ਹੁਣ ਵੀ ਕੁਝ ਨਾ ਬੋਲੇ ਤਾਂ ਬੜੀ ਤਕਲੀਫ ਹੁੰਦੀ ਹੈ ਕੁਝ ਨਾ ਬੋਲੇ ਤਾਂ ਬੜੀ ਤਕਲੀਫ ਹੁੰਦੀ ਹੈ ਬੜੀ ਤਕਲੀਫ ਹੁੰਦੀ ਹੈ ਬੜੀ ਤਕਲੀਫ
ਹੁੰਦੀ ਬਹੁਤ ਧੰਨਵਾਦ ਵਾਹ ਜੀ ਬਾਪੂ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਹੁਣ ਜੀ ਤੁਸੀਂ ਗੁਰਚਰਨ ਸਿੰਘ ਜੀ ਜੋਗੀ ਜੀ ਤੁਸੀਂ ਥੋੜਾ ਸ਼ੋਰਟ ਵਿੱਚ ਰੱਖਣਾ ਕਿਉਂਕਿ ਸਾਰਿਆਂ ਦੇ ਥੋੜਾ ਥੋੜਾ ਸਮਾਂ ਹਾਂਜੀ ਹਾਂਜੀ ਭੈਣ ਜੀ ਬਸ ਮੈਂ ਤਾਂ ਚਾਹੁੰਦਾ ਵੀ ਆਪਾਂ ਕੁਲਵੰਤ ਭੈਣ ਜੀ ਨੂੰ ਸੁਣੀਏ ਪਰ ਮੈਂ ਇੱਕ ਮਿੰਟ ਚ ਆਪਣੇ ਦੋ ਮਾਈਏ ਸੁਣਾ ਦਾਂਗਾ ਇੱਕ ਮਿੰਟ ਚ ਦੋ ਮਿਰਚਾਂ ਅਚਾਰ ਦੀਆਂ ਦੋ ਮਿਰਚਾਂ ਅਚਾਰ ਦੀਆਂ ਨੈਣਾਂ ਵਿੱਚੋਂ ਵਗੇ ਚਰਨੇ ਗੱਲਾਂ ਤੁਰੀਆਂ ਸੀ ਯਾਰ ਦੀਆਂ ਇੱਕ ਮਾਈਆ ਹੋਰ ਤੇ ਮੈਂ ਜੱਡ ਲਾਂਗਾ ਕਹਿੰਦੀ ਤੁਹਾਡੇ ਚਰਨਾਂ ਚ ਜੀ ਦੋ ਕੱਚ ਦੇ ਪਿਆਲੇ ਨੇ ਹੋ ਦੋ ਕੱਚ ਦੇ ਪਿਆਲੇ ਨੇ ਥਲਾ ਵਿੱਚ ਤੂੰ ਤੁਰਿਆ ਸਾਡੇ ਪੈਰਾਂ ਵਿੱਚ ਛਾਲੇ ਨੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਹਾਂਜੀ ਤੇ ਹੁਣ ਪੈਂਦੀ ਕੁਲਵੰਤ ਤੁਸੀਂ ਦੋ ਲਾਈਨਾਂ ਸੁਣਾ ਦੋ ਹਾਂਜੀ ਜ਼ੁਲਮ ਨਾ ਕਰਿਆ ਕਰੋ ਦੋ ਲਾਈਨਾਂ ਕਹਿ ਕੇ ਹਾਲੇ ਜ਼ਖਮਾਂ ਉੱਤੇ ਵਜਾਲਮ ਹੋਰ ਕਟਾਰ ਨਾ ਮਾਰਵੇ ਹਾਸੇ ਲੈਣ ਗਈ ਸਾਤੇ ਤੂੰ ਤਾਂ ਗਮਾਂ ਦੇ ਦਿੱਤੇ ਪਹਾੜ ਵੇ ਆਲੇ ਜ਼ਖਮਾਂ ਉੱਤੇ ਵਜਾਲਮ ਅੱਲੇ ਜ਼ਖਮੋ ਕੋਠੇ ਚੜ ਚੜ ਦੇ ਕਾ ਤੈਨੂੰ ਕੋਈ ਵਾਹ ਵਾਹ ਆਵੇ ਵੇ ਵਾਹ ਵੇ ਵਾਹ ਵਾਹ ਜੀ ਵਾਹ ਵਾਹ ਪੰਜ ਕਮਾਲ ਕਮਾਲ ਤੇਰੇ ਦੀ ਵਾਜ ਕਨੀ ਮੇਰੀ ਪਾਵੇ ਵੇ ਕੂੰਜਾ ਵਾਹ ਜੀ ਵਾਹ ਦੀਦੀ ਲਈ ਕੋਈ ਸਾਰ ਨਾ ਹੱਸ ਲੈਣ ਗਏ ਤੇ ਤੂੰ ਤਾਂ ਗੁਮਾ ਦੇ ਦਿੱਤੇ ਪਾਣਾ ਬਹੁਤ ਬਹੁਤ ਸ਼ੁਕਰੀਆ ਕਿਵੇਂ ਆਵੇ ਤੈਨੂੰ ਕਿਵੇਂ ਦੱਸਾਂ ਮੈਂ ਹਾਲ ਵੇ ਕੁਲਵੰਤ ਦੀ ਜ਼ਿੰਦਗੀ ਦਾ ਬਸ ਚੰਨਾ ਤੈਨੂੰ ਸਿਰ ਸਾਗਰ ਚੋ ਡੁੱਬ ਚੱਲੀ ਨੂੰ ਆਕੇ ਲਾ ਦੇ ਪਾਰ ਵੇ ਪਹਾੜ ਆਲੇ ਜਲਮਾ ਹੋਰ ਕਟਾਰ ਨਾ ਮਾਰ ਵੇ ਬਹੁਤ ਖੂਬ ਬਹੁਤ ਖੂਬ ਪੈਂਦੀ
ਬਹੁਤ ਖੂਬ ਬਹੁਤ ਖੂਬ ਬਹੁਤ ਬਾ ਕਮਾਲ ਬਾ ਕਮਾਲ ਬਹੁਤ ਹੀ ਵਧੀਆ ਜੀ ਸਾਡੇ ਕੁਲਵੰਤ ਜੀ ਹਾਂਜੀ ਤੇ ਹਾਂਜੀ ਜੀ ਹੁਣ ਸਾਡੇ ਜਿਹੜੇ ਕਵੀ ਹੈਗੇ ਕੈਨੇਡਾ ਤੋਂ ਸੁਜਾਨ ਸਿੰਘ ਸੁਜਾਨ ਜੀ ਹਾਂਜੀ ਤੁਸੀਂ ਕੀ ਸੁਣਾਓਗੇ ਸਿਰਫ ਇੱਕ ਸ਼ੇਰ ਸੁਣਾਉਣਾ ਜੀ ਕਿਉਂਕਿ ਮਾਂ ਦਾ ਦਿਵਸ ਜਿਹੜਾ ਲੰਘ ਕੇ ਗਿਆ ਹੈਗਾ ਕਿਉਂਕਿ ਸਮੇਂ ਦੀ ਨਿਰਾਸ਼ ਨੂੰ ਸਮਝਦੇ ਹੋਏ ਨਾ ਮੈਂ ਲੰਮਾ ਨਹੀਂ ਬੋਲਣਾ ਤੋ ਅਰਜ਼ ਕਰ ਰਿਹਾ ਇਹੋ ਜ਼ਿੰਦਗੀ ਹੱਥ ਪਰਮਾਤਮਾ ਦੇ ਜੋਗੀ ਸਾਹਿਬ ਧਿਆਨ ਦੇਣਾ ਇਹੋ ਜ਼ਿੰਦਗੀ ਹੱਥ ਪਰਮਾਤਮਾ ਦੇ ਉਹਦੇ ਹੱਥ ਵਿੱਚ ਸਾਡੀਆਂ ਡੋਰੀਆਂ ਨੇ ਬੰਦਾ ਭੁੱਲ ਜਾਏ ਐਸ਼ ਆਰਾਮ ਸਾਰੇ ਨਹੀਂਓ ਭੁੱਲਦੀਆਂ ਮਾਂ ਦੀਆਂ ਲੋਰੀਆਂ ਨੇ ਪੂਰਨ ਚਿਰਾਂ ਦੀ ਉਦੋਂ ਯਾਦ ਆਉਂਦੀ ਪੂਰਨ ਚਿਰਾਂ ਦੀ ਉਦੋਂ ਯਾਦ ਆਉਂਦੀ ਤੇ ਗੱਲਾਂ ਮਾਂ ਦੀਆਂ ਕਿਸੇ ਜਦ ਤੋਰੀਆਂ ਨੇ ਕਿੱਦਾਂ ਪੁੱਤਰ ਵਿਯੋਗ ਵਿੱਚ ਹੋਈ ਅੰਨੀ ਕਿੱਦਾਂ ਮਾਂ ਨੇ ਆਂਦਰਾਂ ਖੋਰੀਆਂ ਨੇ ਰੱਬ ਮਾਂ ਇੱਕ ਦੂਜੇ ਦਾ ਬਦਲ ਹੁੰਦੇ ਯਾਦ ਦੋਵਾਂ ਚੋਂ ਇੱਕ ਦੀ ਤਾਂ ਆਉਂਦੀ ਸੁਜਾਨ ਜਾਨ ਤੇ ਜਦੋਂ ਵੀ ਬਣੇ ਬਿਪਤਾ ਉਦੋਂ ਮੁੱਖ ਚੋਂ ਆਵਾਜ਼ ਹਾਏ ਮਾਂ ਆਉਂਦੀ ਜਾਨ ਜਾਨ ਤੇ ਜਦੋਂ ਵੀ ਬਣੇ ਬਿਪਤਾ ਉਦੋਂ ਮੁੱਖ ਚੋਂ ਆਵਾਜ਼ ਹਾਏ ਮਾਂ ਆਉਂਦੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਹਾਜ਼ਰੀ ਆਪਣੀ ਲਵਾ ਰਿਹਾ ਦੂਜੀ ਵਾਰ ਕਿਉਂਕਿ ਮਾਂ ਦੇ ਸੰਦੇਸ਼ ਤੇ ਲਿਖਿਆ ਤਾਂ ਬਹੁਤ ਕੁਝ ਹੈ ਲੇਕਿਨ ਸਮਾਂ ਯਾਦ ਨਹੀਂ ਦੇ ਰਿਹਾ ਬਹੁਤ ਬਹੁਤ ਸਾਰੇ ਸ਼ਾਇਰਾਂ ਦਾ ਧੰਨਵਾਦ ਜੋਗੀ ਜੀ ਦਾ ਕੁਲਵੰਤ ਭੈਣ ਜੀ ਦਾ ਭੈਣ ਜੀ ਸਰੋਆ ਜੀ ਦਾ ਜਿਨ੍ਹਾਂ ਨੇ ਸਾਨੂੰ ਸ਼ਾਮਿਲ ਕਰਕੇ ਤਾਂ ਇਹ ਅੱਜ ਦਾ ਇੱਕ ਚਿਹਰੇ ਹੋ ਰਿਹਾ ਰੌਣਕ ਦਿਖਾਈ ਮੁੜ ਕੇ ਉਹਦਾ ਸ਼ਾਇਰੀ ਸੁਣ ਕੇ ਆਨੰਦ ਆਇਆ ਸੁਜਾਨ ਜੀ ਸ਼ਾਇਰੀ ਸੁਣ ਕੇ ਆਨੰਦ ਆਇਆ ਆਪ ਜੀ ਦੀ ਆਨੰਦ ਆਇਆ ਇਹ ਤੁਹਾਡੀ ਕਿਰਪਾ ਜੀ ਤੁਹਾਡੀ ਕਿਰਪਾ ਜੀ ਵਾਹਿਗੁਰੂ ਦੀ ਕਿਰਪਾ ਅੱਜ 30-35 ਸਾਲਾਂ ਤੋਂ ਬਾਅਦ ਫਿਰ ਇਕੱਠੇ ਹੋ ਕੇ ਸੁਜਾਨ ਸਿੰਘ ਭਾਜੀ ਤੇ ਮੈਂ ਬੋਲੇ ਆ ਅਸੀਂ ਚਿੱਟੇ ਵਾਲਾ ਚੱਜ ਮਿਲੇ ਆ ਕੁਲਵੰਤ ਭੈਣ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹ ਸੂਤਰਧਾਰ ਹੋ ਇਸ ਮੇਲੇ ਦੇ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜਾਣ ਤੋਂ ਲਾ ਦੋ ਗੋ ਸ਼ਬਦ ਇਹ ਸਰੋਆ ਭੈਣ ਜੀ ਦੇ ਦੋਵੇਂ ਰਿਕਾਰਡਿੰਗ ਚਾਹੀਦੀ ਹੈ ਸਾਨੂੰ ਹੋ ਸਕਦੀ ਹੈ ਕਿ ਨਹੀਂ ਸਰੋਆ ਭੈਣ ਜੀ ਇਹਦੀ ਪਹਿਲੇ ਦੀ ਵੀ ਰਿਕਾਰਡਿੰਗ ਤੇ ਇਹਦੀ ਰਿਕਾਰਡਿੰਗ ਜੀ ਤੁਹਾਡੇ ਤੋਂ ਸ਼ੁਰੂ ਕਰਦੇ ਚਾਹਾਂਗੇ ਜੀ ਜੀ ਮੈਂ ਕਿਹਾ ਰਿਕਾਰਡਿੰਗ ਦੋਵਾਂ ਦੀ ਮਿਲ ਸਕਦੀ ਹੈ ਕਿ ਨਹੀਂ ਰਿਕਾਰਡਿੰਗ ਪਿਛਲੀ ਕਵੀ ਦਰਬਾਰ ਦੀ ਤੇ ਰਿਕਾਰਡਿੰਗ ਮਿਲ ਸਕਦੀ ਹੈ ਦਰਸ਼ਕਾਂ ਲਈ ਕੀ ਕਹਿਣਾ ਚਾਹੋਗੇ ਜੀ ਹਾਂਜੀ 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 ਇਹੋ ਜਿਹੇ ਕਵੀ ਦਰਬਾਰ ਹੁੰਦੇ ਰਹਿਣੇ ਚਾਹੀਦੇ ਨੇ ਅੱਗੇ ਅਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਰਹੀਏ ਸਾਡੇ ਦਰਸ਼ਕਾਂ ਲਈ ਕੀ ਕਹਿਣਾ ਚਾਹੋਗੇ ਜਾਣ ਤੋਂ ਪਹਿਲਾਂ ਜੀ ਮੈਂ ਉਹੀ ਕਹਿਣ ਲੱਗਾ ਸੀ ਭੈਣ ਜੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹੋ ਜਿਹੀ ਖੂਬਸੂਰਤ ਮਹਿਫਲਾਂ ਸਜਾਉਂਦੇ ਰਹਿੰਦੇ ਹੋ ਪਾਤਸ਼ਾਹ ਤੁਹਾਨੂੰ ਰਹਿਮਤ ਭਰੀਆਂ ਬਾਰਿਸ਼ਾਂ ਕਰਦਾ ਰਹੇ ਤੁਹਾਡੇ ਤੇ ਤੁਸੀਂ ਇਸੇ ਤਰ੍ਹਾਂ ਦੀ ਮਹਿਫਲਾਂ ਸਜਾਉਂਦੇ ਰਹੋ ਤਾਂ ਕਿ ਅਸੀਂ ਸਾਰੇ ਆਪਣੇ ਸੱਭਿਆਚਾਰ ਨਾਲ ਜੁੜੇ ਰਹੀਏ ਕਵਿਤਾ ਨਾਲ ਜੁੜੇ ਰਹੀਏ ਤੇ ਸੰਪੂਰਨ ਜ਼ਿੰਦਗੀ ਨਾਲ ਜੁੜ ਸਕੀਏ ਇਹੀ ਮੇਰਾ ਅੱਜ ਦੇ ਦਿਨ ਸੁਨੇਹਾ ਹੈ ਕਿ ਅਸੀਂ ਸਾਰੇ ਕਵਿਤਾ ਨਾਲ ਜੁੜੀਏ
ਤਾਂ ਕਿ ਅਸੀਂ ਸਾਰੇ ਜ਼ਿੰਦਗੀ ਨੂੰ ਪੂਰੇ ਰੂਪ ਨਾਲ ਮਾਣ ਸਕੀਏ। ਸਰੋਤਾ ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਕੋਟ ਕੋਟ ਧੰਨਵਾਦ ਜੀ। ਜੀ ਹਾਂਜੀ ਗੁਰਚਰਨ ਸਿੰਘ ਜੋਗੀ ਜੀ, ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ? ਸਰੋਆ ਭੈਣ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ, ਸਮੁੱਚੀ ਟੀਮ ਦਾ ਬਹੁਤ ਧੰਨਵਾਦ ਕਰਦਾ। ਜਿਹੜਾ ਤੁਸੀਂ ਰੂਹਾਂ ਦੀ ਖੁਰਾਕ ਮੰਨ ਰਹੇ ਹੋ ਨਾ, ਇਹ ਢਿੱਡ ਦੀ ਖੁਰਾਕ ਤਾਂ ਹਰ ਜਗ੍ਹਾ ਮਿਲ ਜਾਂਦੀ ਹੈ, ਪਰ ਰੂਹਾਂ ਦੀ ਖੁਰਾਕ ਕਿਤੇ ਕਿਤੇ ਮਿਲਦੀ ਹੈ। ਤੁਸੀਂ ਜਿਹੜੀ ਰੂਹਾਂ ਦੀ ਖੁਰਾਕ ਮੁਹੱਈਆ ਕਰਾ ਰਹੇ ਹੋ, ਕਵਿਤਾ ਨੂੰ ਤੁਸੀਂ ਫੈਲਾ ਰਹੇ ਹੋ, ਕਵਿਤਾ ਨੂੰ ਹੱਦ ਬੰਦਿਆਂ ਤੋਂ ਪਰਾਂ ਲਿਜਾ ਰਹੇ ਹੋ, ਤੁਹਾਡੇ ਇਸ ਚੈਨਲ ਦੇ ਉਪਰਾਲੇ ਨਾਲ ਮੈਂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਨਮਸਕਾਰ ਕਰਦਾ, ਸਿਜਦੇ ਕਰਦਾ, ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਤੁਹਾਨੂੰ ਮਹਾਰਾਜ ਹੋਰ ਬਲ ਸਮਰੱਥਾ ਬਖਸ਼ਣ ਤੇ ਕਵਿਤਾ ਦਾ ਦਰਿਆ ਇਸੇ ਤਰ੍ਹਾਂ ਵਹਿੰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।